ਨਾਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਕਲਾਕ੍ਰਿਤੀ ਪਟਿਆਲਾ ਰਜਿਸਟਰਡ ਵੱਲੋਂ ਯੁੱਗਪੁਰਸ਼ ਸਵਰਗੀ ਪ੍ਰੀਤਮ ਸਿੰਘ ਓਬਰਾਏ ਦਾ ਅਸਰ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ 1 ਨਵੰਬਰ ਤੋਂ 10 ਨਵੰਬਰ ਤੱਕ ਕਾਲੀਦਾਸ ਔਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਰੋਜ਼ਾਨਾ ਸ਼ਾਮ 6:30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ ਨੈਸ਼ਨਲ ਥੀਏਟਰ ਫੈਸਟੀਵਲ ਵਿੱਚ 200 ਤੋਂ ਵੱਧ ਕਲਾਕਾਰ ਆਪਣੀ ਕਲਾਕਾਰੀ ਪੇਸ਼ ਕਰਨਗੇ ਇਸ 10 ਦਿਨਾਂ ਨਾਟਕ ਮੇਲੇ ਦੌਰਾਨ ਦੇਸ਼ ਭਰ ਤੋਂ ਸਤਿਵਾਦ ਰੰਗ ਮੰਚ ਦੇ ਕਲਾਕਾਰ ਆਪਣੇ ਆਪਣੇ ਨਾਟਕਾਂ ਦੀਆਂ ਪ੍ਰੋਡਕਸ਼ਨਾਂ ਲੈ ਕੇ ਸ਼ਾਮਿਲ ਹੋਣਗੇ ਜਿਸ ਵਿੱਚ 8 ਰਾਜਾਂ ਤੋਂ ਵੱਖ-ਵੱਖ ਥੀਏਟਰ ਗਰੁੱਪ 14 ਨਾਟਕਾਂ ਦੀਆਂ ਪੇਸ਼ਕਾਰੀਆਂ ਕਰੇਗੇ